हेलो भी दोस्तों, अज दी इस वीडियो विच तुहाडा स्वागत है। ते अज आपां फिर तो खेडन जा रहे हां फार्मिंग सिमुलेटर 2022। अज दी इस वीडियो विच आपां खरीदांगे बल्द गड्डी। बल्द गड्डी खरीदने तो पहला मैं थोनू दसदा कि आपां एक नवा फार्म बना लिया है। ते इस फार्म दे विच भाई मैं पहला तो ही कई चीज़ां खरीद के रख लिया ने, ते उन्हां दा बारे मैं थोनू दस दिना। जिवें कि आपां ए अर्जन 555 ट्रैक्टर भाई खरीद लिया है, नाले आपां ट्राली भी खरीद ली है, ते एक जॉन डीयर दी आपां मशीन खरीद ली है तां जो आपां कणक कुणक वढ सकीए। ते कणक वढण दे नाल नाल आपां नूं भी कणक बीजण वाली मशीन दी लोड़ पैंदी है। ते कणक बीजण वाली मशीन भी भई आपां इक लै के रखी है, ते नाले रीपर लिया है, ते नाले लई आपणी रेह पाउण वाली मशीन, ते नाल लगदे आपां तूड़ी वाली बणाउण वाली मशीन भी भई खरीद लई सी। ਅਤੇ ਇੱਕ ਜੌਨ ਡੀਅਰ 6R ਟਰੈਕਟਰ ਖਰੀਦਿਆ, ਕਾਫੀ ਤਕੜਾ ਟਰੈਕਟਰ ਹੈ ਬਈ। ਇਹਦੀ ਵੀ ਆਪਾਂ ਨੂੰ ਲੋੜ ਸੀਗੀ। ਆਪਾਂ ਵਾਹਣ ਵੀ ਬਈ ਖਰੀਦਿਆ, ਅਤੇ ਪਰ ਇਹਦੇ ਵਿੱਚ ਪਾਉਣ ਦੀ ਲੋੜ ਹੈ ਆਪਾਂ ਨੂੰ ਰੂੜੀ। ਅਤੇ ਨਾਲੇ ਹੁਣ ਆਪਾਂ ਬਈ ਬਲਦ ਗੱਡੀ ਖਰੀਦਾਂਗੇ, ਅਤੇ ਨਾਲੇ ਪਾਵਾਂਗੇ ਇਹਦੇ ਵਿੱਚ ਰੂੜੀ ਉਸੇ ਬਲਦ ਗੱਡੀ ਨਾਲ। ਅਤੇ ਹੁਣ ਆਪਾਂ ਬਈ ਖਰੀਦਦੇ ਹਾਂ ਬਲਦ, ਅਤੇ ਮੈਂ ਤੁਹਾਨੂੰ ਲੈ ਚੱਲਦਾ ਆਪਣੇ ਟਰੈਕਟਰ ਵਾਲੇ ਸੈਸ਼ਨ 'ਚ। ਬਈ ਇਹ ਬਲਦ ਟਰੈਕਟਰ ਵਾਲੇ ਸੈਸ਼ਨ 'ਚ ਹੀ ਮਿਲਦਾ, ਅਤੇ ਇਹਦਾ ਮੋੜ ਬਈ ਮੈਂ ਖੁਦ ਹੀ ਤਿਆਰ ਕੀਤਾ। ਜਿਵੇਂ ਵੀ ਤੁਸੀਂ ਦੇਖ ਰਹੇ ਹੋ ਆ ਰਿਹਾ ਆਪਣਾ ਬਲਦ, ਇਹ ਥੋੜ੍ਹਾ ਥੋੜ੍ਹਾ ਬਈ ਸਾਣ ਵਰਗਾ ਹੀ ਹੈ, ਅਤੇ ਸਾਣ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ। ਅਤੇ ਪੂਰਾ ਤਗੜਾ ਇਹ ਬਲਦ ਹੈਗਾ ਆਪਣਾ। ਅਤੇ ਨਾਲੇ ਆਪਾਂ ਬਈ ਇਹਦੇ ਪਿੱਛੇ ਪਾਉਣ ਨੂੰ ਆਪਾਂ ਇੱਕ ਟਰਾਲੀ ਖਰੀਦ ਲੈਂਦੇ ਹਾਂ। ਅਤੇ ਟਰਾਲੀ ਬਈ ਆਪਣੀ ਟਰਾਲੀ ਨਹੀਂ, ਮਤਲਬ ਉਹਨੂੰ ਬਲਦ ਗੱਡੀ ਆਉਣੇ ਆ ਜਿਹਨੂੰ, ਅਤੇ ਉਹ ਆਪਾਂ ਬਈ ਗੱਡੀ ਵੀ ਖਰੀਦ ਲੈਂਦੇ ਹਾਂ। ਅਤੇ ਗੱਡੀ ਖਰੀਦਣ ਲਈ ਆਪਾਂ ਇੱਥੇ ਪਹੁੰਚ ਗਏ ਹਾਂ, ਅਤੇ ਆ ਰਹੀ ਆਪਣੀ ਬਈ ਗੱਡੀ ਬਲਦ ਵਾਲੀ। ਅਤੇ ਬਲਦ ਵਾਲੀ ਗੱਡੀ ਵੀ ਬਈ ਆਪਾਂ ਇੱਕ ਖਰੀਦ ਲੈਂਦੇ ਹਾਂ। ਅਤੇ ਇਹ ਬਈ ਦੋਨੋਂ ਚੀਜ਼ਾਂ ਆਪਣੀਆਂ ਪਹੁੰਚ ਗਈਆਂ ਹੁਣ ਆਪਣੀ ਆ ਰਹੀ ਹਾਂ ਬਈ ਆਪਣੀ ਬਲਦ ਗੱਡੀ। ਅਤੇ ਬਲਦ ਅਤੇ ਗੱਡੀ ਆਪਾਂ ਦੋਨੇ ਲੈ ਲਏ ਨੇ, ਅਤੇ ਹੁਣ ਆਪਾਂ ਬਲਦ ਨੂੰ ਜਿਵੇਂ ਕਿ ਤੋੜ ਤੋੜ ਕੇ ਦੇਖ ਲਿਆ ਸੈੱਟ ਆ ਬਈ ਆਪਣਾ ਬਲਦ। ਆਪਾਂ ਇਹਦੇ ਪਿੱਛੇ ਪਾ ਲੈਂਦੇ ਹਾਂ ਬਈ ਆਪਣੀ ਗੱਡੀ। ਅਤੇ ਬਲਦ ਦੇ ਬਲਦ ਵਾਲੀ ਗੱਡੀ ਵੀ ਆਪਣੀ ਪੈ ਗਈ ਹੈ, ਅਤੇ ਆਪਾਂ ਪਜਾ ਕੇ ਵੇਹਣੇ ਹਾਂ ਕਿ ਨਾ ਬਲਦ ਵਾਲੀ ਗੱਡੀ। ਬਲਦ ਵਾਲੀ ਗੱਡੀ ਦਾ ਕੰਮ ਬਈ ਜ਼ਿਆਦਾ ਤਾਂ ਨਹੀਂ ਗਾ, ਪਰ ਆਪਾਂ ਇਹਦੇ ਉੱਤੇ ਕੋਪੀ ਕੂਪੀ ਲੱਦ ਕੇ ਵੇਚ ਕੇ ਆ ਸਕਦੇ ਹਾਂ। ਅਤੇ ਇੱਕ ਇਹਦੇ ਨਾਲ ਬਈ ਆਪਾਂ ਪਾ ਸਕਦੇ ਹਾਂ ਆਪਣੀ ਰੂੜੀ। ਰੂੜੀ ਆਪਾਂ ਬਈ ਇਹਦੇ ਉੱਤੇ ਲੱਦ ਕੇ ਆਪਣਾ ਗੋਹਾ ਆਪਣੇ ਵਾਹਣਾਂ ਦੇ ਵਿੱਚ ਖਿਲਾਰ ਸਕਦੇ ਹਾਂ। ਅਤੇ ਹੁਣ ਬਈ ਮੈਨੂੰ ਹਜੇ ਤੱਕ ਤਾਂ ਕੋਈ ਸਿਸਟਮ ਨਹੀਂ ਹਜੇ ਮਤਲਬ ਲੱਭਿਆ ਜਿਹਦੇ ਨਾਲ ਮੈਂ ਗੋਹਾ ਲਿਆ ਸਕਾਂ। ਤਾਂ ਮੈਂ ਥੋੜ੍ਹਾ ਜਿਹਾ ਬਈ ਆਪਣਾ ਇੱਕ ਜਾਦੂ ਦੀ ਟ੍ਰਿਕ ਹੀ ਵਰਤ ਕੇ, ਅਤੇ ਇਹਦੇ ਵਿੱਚ ਆਪਾਂ ਗੋਹਾ ਫਿੱਲ ਕਰਾ ਲੈਂਦੇ ਹਾਂ। ਅਤੇ ਲਓ ਬਈ ਆਪਣਾ ਗੋਹਾ ਹੁਣ ਇਹਦੇ ਵਿੱਚ ਫਿੱਲ ਹੋ ਗਿਆ ਹੈ। ਅਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਵਾਹਣ ਵਾਲੀ ਸਾਈਡ, ਜਿੱਥੇ ਆਪਾਂ ਇਹਦੇ ਵਿੱਚ ਪਾ ਇਹਦੇ ਨਾਲ ਖਿਲਾਰਾਂਗੇ ਆਪਣਾ ਗੋਹਾ। ਉਹ ਗੱਡੀ ਵਾਲਿਆ ਵੇਖ ਕੇ ਚੱਲਿਆ ਕਰ ਬਈ, ਆਪਣਾ ਬਲਦ ਕਿਤੇ ਹਰਖ ਗਿਆ ਅਤੇ ਕਿਤੇ ਗੱਡੀ ਜੀ ਮੋਦੀ ਨਾ ਮਾਰ ਦੇ। ਅਤੇ ਲੈ ਵੀ ਆਪਾਂ ਪਹੁੰਚ ਗਏ ਹਾਂ ਹੁਣ, ਅਤੇ ਖਿਲਾਰਨਾ ਆਪਾਂ ਗੋਹਾ ਬਈ ਸਟਾਰਟ ਕਰ ਦਿੰਦੇ ਹਾਂ। ਆਪਣੇ ਬਲਦ ਦੀਆਂ ਬਈ ਟੱਲੀਆਂ ਜੀਆਂ ਵੀ ਵੱਜਦੀਆਂ ਨਾਲ ਨਾਲ, ਅਤੇ ਗੋਹਾ ਆਪਣਾ ਬਈ ਖਿਲਰੀ ਜਾਂਦਾ ਪੂਰੀ ਤਰ੍ਹਾਂ। ਅਤੇ ਇਹ ਬਈ ਗੋਹਾ ਜਿਹੜਾ ਨਾ ਇਹ ਖਿਲਾਰਨਾ ਆਪਣਾ ਜਿਹੜੀ ਗਰੋਥ ਆ ਆਪਣੀ ਕਣਕ ਦੀ ਜਾਂ ਜੋ ਵੀ ਆਪਾਂ ਬੀਜਿਆ ਬਈ ਉਹ ਵੱਧ ਜਾਂਦੀ ਆ, ਇਹ ਰੇਹ ਦੀ ਥਾਂ 'ਤੇ ਕੰਮ ਕਰਦਾ। ਅਤੇ ਇਹ ਗੇਮ ਦੇ ਵਿੱਚ ਵੀ ਬਈ ਇਹ ਸਹੀ ਤਰੀਕੇ ਨਾਲ ਹੀ ਕੰਮ ਕਰਦਾ ਗੋਹੇ ਦਾ ਸਿਸਟਮ। ਅਤੇ ਆਪਾਂ ਬਈ ਘੇਰੇ ਲੋਟ ਇੱਥੇ ਗੋਹਾ ਖਿਲਾਰਦੇ ਹਾਂ। ਅਤੇ ਉਹ ਪਰਲੇ ਵਾਹਨ ਦੇ ਵਿੱਚ ਬਈ ਮੈਂ ਪਹਿਲਾਂ ਟੈਸਟ ਟੁਸਟ ਕਰਨ ਲਈ ਪਹਿਲਾਂ ਗੋਹਾ ਖਿਲਾਰਿਆ ਸੀ, ਅਤੇ ਉਹਦੇ ਵਿੱਚ ਤਾਂ ਬਈ ਪੂਰਾ ਚੰਗੀ ਤਰ੍ਹਾਂ ਗੋਹਾ ਖਿਲਰ ਗਿਆ ਹੈ। ਅਤੇ ਹੁਣ ਇਹਦੇ ਵਿੱਚ ਆਪਾਂ ਗੋਹਾ ਬਈ ਖਿਲਾਰੀ ਜਾਂਦੇ ਹਾਂ ਜਿਵੇਂ ਤੁਹਾਡੇ ਸਾਹਮਣੇ ਆ। ਅਤੇ ਜੇ ਤੁਹਾਨੂੰ ਇਹ ਬਈ ਬਲਦ ਗੱਡੀ ਚੰਗੀ ਲੱਗੀ ਆ ਤਾਂ ਬਈ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਲੈ ਵੀ ਬਲਦ ਟੱਲੀਆਂ ਮਾਰਦਾ ਫਿਰਦਾ ਏ ਵਾਹਣਾਂ ਦੇ ਵਿੱਚ। ਅਤੇ ਬਈ ਇਹ ਬਲਦ ਦੇ ਉੱਤੇ ਆਪਾਂ ਵਰਕਰ ਵੀ ਮਤਲਬ ਵਰਤ ਸਕਦੇ ਹਾਂ। ਅਤੇ ਹੁਣ ਆਪਾਂ ਜਿਵੇਂ ਕਿ ਵਰਕਰ ਵੀ ਔਨ ਕਰਕੇ ਤੁਹਾਨੂੰ ਮੈਂ ਵਿਖਾਊਂਗਾ ਅਗਲੇ ਗੇੜੇ ਕਿ ਕਿਵੇਂ ਵਰਕਰ ਨਾਲ ਵੀ ਬਈ ਇਹ ਬਲਦ ਵਾਲਾ ਕੰਮ ਪੂਰਾ ਸਹੀ ਚੱਲਦਾ ਹੈ। ਅਤੇ ਜੇ ਤੁਹਾਨੂੰ ਇਹ ਬਈ ਮੋੜ ਚਾਹੀਦਾ ਹੈ ਤਾਂ ਥੋੜ੍ਹੇ ਮੋਟੇ ਕਮੈਂਟ ਕਰੋ, ਅਤੇ ਮੈਂ ਤੁਹਾਨੂੰ ਇਹ ਬਈ ਮੋੜ ਤੁਹਾਨੂੰ ਵੀ ਦੇਊਂਗਾ। ਤੁਸੀਂ ਵੀ ਆਪਦੀ ਗੇਮ ਦੇ ਵਿੱਚ ਇਹ ਇੰਸਟਾਲ ਕਰਕੇ ਬਈ ਇਹ ਬਲਦ ਗੱਡੀ ਦੇਖ ਸਕਦੇ ਹੋ। ਅਤੇ ਹੁਣ ਆਪਾਂ ਬਈ ਇੱਥੇ ਵਰਕਰ ਔਨ ਕਰਤਾ ਹੈ,
ਦੇਖੋ ਜਿਵੇਂ ਤੁਹਾਡੇ ਸਾਹਮਣੇ ਹੀ ਆ ਬਾਈ, ਇਹ ਵਰਕਰ ਆਪਣਾ ਪੂਰਾ ਗੋਆ ਖਿਲਾਰੀ ਜਾਂਦਾ ਹੈ, ਅਤੇ ਇਹ ਤਾਂ ਬਾਈ ਖਿਲਰਦਾ ਹੀ ਰਹਿਣਾ ਹੈ, ਅਤੇ ਇਹ ਕੰਮ ਚੱਲਦੇ ਹੀ ਰਹਿਣੇ ਆ, ਅਤੇ ਤੁਸੀਂ ਬਾਈ ਲਾਈਕ ਕਰ ਦਿਓ ਵੀਡੀਓ ਨੂੰ, ਅਤੇ ਅਗਲੀਆਂ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਬਾਈ ਹੋਰ ਟਰੈਕਟਰ, ਟਰਾਂ ਦੇ ਮੋੜ, ਤੂੜੀ ਵਾਲੀ ਮਸ਼ੀਨ, ਅਤੇ ਹੋਰ ਵੀ ਤਕੜੇ ਤਕੜੇ ਮੋੜ ਲੈ ਕੇ ਆਊਂਗਾ।